ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸਿਆਣਿਆਂ ਨੇ ਕਿਹਾ, ਐਂਡ ਇੱਕ ਬੜੀ ਪੁਰਾਣੀ ਕਹਾਵਤ ਵੀ ਹੈਗੀ ਆ, ਨੇਤਾ ਨੂੰ ਮੁਰਾਦਾਂ ਹੁੰਦੀਆਂ, ਕਿਸਮਤ ਤੋਂ ਵੱਧ ਅਤੇ ਸਮੇਂ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਮਿਲਦਾ। ਐਂਡ ਅੱਜ ਜੇ ਮੈਂ ਗੱਲ ਕਰ ਲਾਂ ਸਟੂਡੈਂਟਸ ਦੀ, ਬਹੁਤ ਸਾਰੇ ਸਟੂਡੈਂਟਸ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਪਏ ਆ। ਹਰ ਬੱਚੇ ਦੀ ਆਪਣੀ ਆਪਣੀ ਪ੍ਰੈਫਰੈਂਸਿਸ ਹੈਗੀਆਂ ਕੰਟਰੀਜ਼ ਵਾਸਤੇ, ਖਾਸ ਕਰਕੇ ਕੋਈ ਕੈਨੇਡਾ ਅਪਲਾਈ ਕਰਦਾ, ਕੋਈ ਆਸਟ੍ਰੇਲੀਆ ਕਰਦਾ ਪਿਆ, ਕੋਈ UK, ਕੋਈ US, ਐਂਡ ਕੋਈ ਡਿਫਰੈਂਟ ਡਿਫਰੈਂਟ ਕੰਟਰੀਜ਼ 'ਚ ਬੱਚੇ ਅਪਲਾਈ ਕਰ ਰਹੇ ਆ। ਐਂਡ ਜੇ ਪੰਜਾਬੀਆਂ ਦੀ ਗੱਲ ਕਰ ਲਾਂ, ਜਿਹੜਾ ਵੀ ਬੱਚਾ ਪੰਜਾਬ ਤੋਂ ਇਸ ਟਾਈਮ ਵੀਜ਼ੇ ਵਾਸਤੇ ਸੋਚਦਾ ਵੀ ਹੈਗਾ ਅਪਲਾਈ ਕਰਨ ਲਈ, ਹਰ ਬੱਚੇ ਦੀ ਪਹਿਲੀ ਪਸੰਦ ਹੈਗੀ ਕੈਨੇਡਾ। ਐਂਡ ਹਰ ਬੱਚੇ ਦੇ ਆਪਣੇ ਆਪਣੇ ਰੀਜ਼ਨਸ ਵੀ ਹੈਗੇ ਕੈਨੇਡਾ ਨੂੰ ਲੈ ਕੇ ਅਪਲਾਈ ਕਰਨ ਲਈ। ਬੱਚਾ ਕਹਿੰਦਾ ਜੀ ਕੈਨੇਡਾ ਅਪਲਾਈ ਕਰੀਏ, 18-20 ਲੱਖ ਦਾ ਮੇਰਾ ਬਜਟ ਵੀ ਹੈਗਾ, ਉੱਥੇ ਜਾ ਕੇ ਮੇਰੀ ਕੱਲ੍ਹ ਨੂੰ ਸੈਟਲਮੈਂਟ ਵੀ ਹੋ ਸਕਦੀ ਹੈ, ਮੈਨੂੰ ਵਧੀਆ ਨੌਕਰੀ ਮਿਲ ਜੂਗੀ, ਐਂਡ ਮੈਂ ਕੱਲ੍ਹ ਨੂੰ ਜਾ ਕੇ ਉੱਥੇ ਜੋ ਗਵਰਨਮੈਂਟ ਦੀ ਪੋਲਿਸੀਜ਼ ਹੈਗੀਆਂ ਉਹਦੇ ਨਾਲ ਦੇ ਚੱਲਾਂਗਾ, ਮੈਂ ਕੱਲ੍ਹ ਨੂੰ ਜਾ ਕੇ ਉੱਥੇ ਪੱਕਾ ਵੀ ਹੋ ਸਕਦਾ। ਐਂਡ ਕਈ ਬੱਚੇ ਕਹਿੰਦੇ ਜੀ ਮੇਰੇ ਰਿਸ਼ਤੇਦਾਰ ਉੱਥੇ ਬੈਠੇ ਆ, ਮੇਰੇ ਯਾਰ ਦੋਸਤ ਉੱਥੇ ਬੈਠੇ ਆ, ਮੇਰੇ ਸਾਂਭਣ ਵਾਲੇ ਉੱਥੇ ਬੈਠੇ ਆ, ਅਤੇ ਜਿੱਥੇ ਮੈਨੂੰ ਮੇਰੇ ਸਾਂਭਣ ਵਾਲੇ ਹੈਗੇ ਆ ਮੈਂ ਜਾਣਾ ਉਸੇ ਪਾਸੇ ਹੀ ਆ। ਐਂਡ ਜਦੋਂ ਬੱਚੇ ਕੈਨੇਡਾ ਅਪਲਾਈ ਕਰਦੇ ਆ, ਹਰ ਬੱਚੇ ਦੀ ਪਹਿਲੀ ਪ੍ਰੈਫਰੈਂਸ ਜਿਵੇਂ ਮੈਂ ਕਹਿ ਕੇ ਹਟਿਆ ਪੰਜਾਬੀਆਂ ਦੀ ਕੈਨੇਡਾ ਹੀ ਹੈਗੀ ਆ। ਬੱਚੇ ਨੇ ਆਇਲਸ ਕੀਤੀ ਹੈ, PTE ਕੀਤੀ ਹੈ, ਇਸ ਟਾਈਮ 'ਤੇ ਦੇਖਣ 'ਚ ਆ ਰਿਹਾ ਬੱਚੇ ਟੋਫਲ ਨਾਲ ਵੀ ਕੈਨੇਡਾ ਅਪਲਾਈ ਕਰ ਰਹੇ ਆ। ਬਟ ਜੇ ਸਕਸੈਸ ਰੇਟ ਦੀ ਗੱਲ ਕਰ ਲਵਾਂ, ਜਿਨ੍ਹਾਂ ਦੇ 6 band each ਹੈਗੇ ਆ ਕੈਨੇਡਾ ਵਿੱਚ, ਉਹਨਾਂ ਨੂੰ ਹੀ ਸਵਾਦ ਮਿਲਦਾ ਪਿਆ ਵੀਜ਼ਿਆਂ ਦਾ। ਅਤੇ ਜਿਹੜੇ 1 module 5.5 ਹੋ ਗਏ, ਐਡਾਂ ਦੇ ਮੁਤਾਬਿਕ 2 module 5.5 ਹੋ ਗਏ, ਜਾਂ PTE ਨਾਲ ਅਪਲਾਈ ਕਰਦੇ ਪਏ ਆ, ਉਹ ਤਾਂ ਬਈ ਫਿਰ ਆਪਣੀ ਕਿਸਮਤ ਦੇ ਭਰੋਸੇ ਬੈਠੇ ਹੋਏ ਆ ਕਿ ਜੇ ਬਾਬਾ ਜੀ ਨੇ ਨੇੜੇ ਹੋ ਕੇ ਅਰਦਾਸ ਸੁਣ ਲਈ ਤਾਂ ਸ਼ਾਇਦ ਵੀਜ਼ਾ ਲੱਗ ਜੂਗਾ, ਅਦਰਵਾਈਜ਼ ਉਹੀ ਗੱਲ ਹੋ ਗਈ ਨਾ, ਕਿਸਮਤ ਤੋਂ ਪਹਿਲਾਂ ਕੁਛ ਨਹੀਂ ਮਿਲਣਾ। ਅਤੇ ਜਦੋਂ ਇਹੀ ਸਟੂਡੈਂਟਸ 1-2-3 ਰਿਫਿਊਜ਼ਲਾਂ ਆਪਣੀਆਂ ਇਕੱਠੀ ਕਰ ਲੈਂਦੇ ਆ, ਉਹ ਫਿਰ ਦੂਜੇ ਬੰਨੇ ਆਉਂਦੇ ਆ ਕਿ ਬਈ ਹੁਣ ਕੈਨੇਡਾ ਸ਼ਾਇਦ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਪਤਾ ਨਹੀਂ ਉੱਥੇ ਦਾਣਾ ਪਾਣੀ ਲਿਖਿਆ ਕਿ ਨਹੀਂ ਲਿਖਿਆ ਗੁਰੂ ਮਹਾਰਾਜ ਨੇ, ਹੁਣ ਆਪਾਂ ਦੂਜੇ ਬੰਨੇ ਆਈਏ। ਫਿਰ ਬੱਚਾ ਰੋਕ ਕਰਦਾ ਆਸਟ੍ਰੇਲੀਆ ਵਾਲੇ ਬੰਨੇ। ਐਂਡ ਜਿਨ੍ਹਾਂ ਨੇ ਤਾਂ ਗ੍ਰੈਜੂਏਸ਼ਨ ਕੀਤੀ ਹੈ, ਡਾਕੂਮੈਂਟਡ ਐਵੀਡੈਂਸ ਸਾਰੇ ਹੈਗੇ ਆ, ਕੰਮਕਾਰ ਦੇ ਪਰੂਫ ਸਾਰੇ ਹੈਗੇ ਆ, ਫੰਡ ਬੱਚਿਆਂ ਕੋਲ ਆਪਣੇ ਹੈਗੇ ਆ, ਕਾਗਜ਼ ਸਾਰੇ ਇਕੱਠੇ ਕੀਤੇ ਹੋਏ, ਇਨਕਮ ਦੇ ਪਰੂਫ ਹੈਗੇ ਆ, ਉਹ ਚਲੋ ਜੀ ਆਸਟ੍ਰੇਲੀਆ ਵਿੱਚ ਆਪਣਾ ਅਪਲਾਈ ਕਰਦੇ ਪਏ ਆ। ਐਂਡ ਜਿਨ੍ਹਾਂ ਨੇ 12ਵੀਂ ਕੀਤੀ ਹੈ ਐਂਡ ਗੈਪ ਪੈ ਚੁੱਕਿਆ, ਉਹ ਫਿਰ ਦੇਖਦੇ ਆ ਜੀ ਆਸਟ੍ਰੇਲੀਆ ਦਾ ਦਰਵਾਜ਼ੇ ਉਹਨਾਂ ਲਈ ਵੀ ਹੁਣ ਬੰਦ ਕਰੀ ਬੈਠਾ, ਕਿਉਂਕਿ ਆਸਟ੍ਰੇਲੀਆ 12ਵੀਂ ਤੋਂ ਬਾਅਦ ਗੈਪ ਬਿਲਕੁਲ ਵੀ ਨਹੀਂ ਲੈਂਦਾ ਪਿਆ। 12ਵੀਂ ਜੇਕਰ ਤੁਸੀਂ 2022 ਦੇ ਵਿੱਚ ਕੀਤੀ ਹੈ, ਤਦ ਆਸਟ੍ਰੇਲੀਆ ਤੁਹਾਡੇ ਵਾਸਤੇ ਦਰਵਾਜ਼ੇ ਖੁੱਲ੍ਹ ਕੇ ਬੈਠਾ ਕਿ ਐਡਮਿਸ਼ਨ ਲੈ ਲਓ। ਐਂਡ ਇੱਕ ਗੱਲ ਹਰ ਸਟੂਡੈਂਟ ਨੂੰ ਇੱਥੇ ਦੱਸ ਦੇਵਾਂ ਕਿ ਜੇਕਰ ਤੁਸੀਂ 12ਵੀਂ 2022 ਦੇ ਵਿੱਚ ਕੀਤੀ ਹੈ ਐਂਡ ਇੱਥੇ ਐਡਮਿਸ਼ਨ ਨਹੀਂ ਲਈ ਹੈ, ਸ਼ਾਇਦ ਜੁਲਾਈ ਇਨਟੇਕ ਐਡਮਿਸ਼ਨ ਤੁਹਾਡੇ ਵਾਸਤੇ ਫਿਰ ਆਸਟ੍ਰੇਲੀਆ ਦਾ ਔਖਾ ਹੋ ਜਾਵੇ। ਸੋ ਦੇਖ ਲਿਓ ਕਿ ਜੇਕਰ ਤੁਸੀਂ 12ਵੀਂ 2022 'ਚ ਕੀਤੀ ਹੈ ਐਂਡ ਫਸਟ ਈਅਰ 'ਚ ਐਡਮਿਸ਼ਨ ਲੈ ਕੇ ਰੱਖੀ ਹੋਈ ਆ, ਇਟਸ ਵੈਰੀ ਵੈਰੀ ਗੁੱਡ। ਅਤੇ ਜੇ ਦਾਖਲਾ ਨਹੀਂ ਲਿੱਤਾ ਹੋਇਆ ਫਸਟ ਈਅਰ ਦੇ ਵਿੱਚ, ਸ਼ਾਇਦ ਜੁਲਾਈ ਇਨਟੇਕ ਵਿੱਚ ਆਸਟ੍ਰੇਲੀਆ GT ਵਿੱਚ ਤੁਹਾਨੂੰ ਤੰਗੀ ਪਰੇਸ਼ਾਨੀ ਦੇ ਸਕਦਾ। ਐਂਡ ਜਦੋਂ ਆਸਟ੍ਰੇਲੀਆ ਦੇ ਵੀ ਦਰਵਾਜ਼ੇ ਬੰਦ ਹੋ ਗਏ ਬੱਚੇ ਵਾਸਤੇ, ਫਿਰ ਤੀਜੀ ਕੰਟਰੀ ਦੀ ਆਪਸ਼ਨ ਆਉਂਦੀ ਹੈ ਜੀ UK। ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਹੈ ਜਦੋਂ ਬੱਚਾ ਕੋਈ ਆਉਂਦਾ ਨਾ 12ਵੀਂ 2021 'ਚ ਕੀਤੀ ਹੈ ਜਾਂ 22 'ਚ ਕੀਤੀ ਹੈ, ਬੈਂਡ ਘੱਟ ਹੈ, 6 band ਓਵਰਆਲ ਨੋਟ ਲੈਸ 5.5 ਆ, ਹਿਊਮੈਨਿਟੀਜ਼ ਆਰਟਸ 'ਚ ਕੀਤੀ ਹੈ ਜਿਹਦੇ ਵਿੱਚ ਆਸਟ੍ਰੇਲੀਆ ਥੋੜ੍ਹੀ ਸਖਤਾਈ ਕਰਦਾ। ਐਂਡ ਜਦੋਂ ਉਹਨੂੰ ਆਪਸ਼ਨ ਦਿੰਦੇ ਤਾਂ ਤੂੰ UK ਦਾ ਅਪਲਾਈ ਕਰ ਲਾ ਆਪਣਾ ਵੀਜ਼ਾ, ਕਹਿੰਦਾ ਆਪਾਂ ਜੀ ਜੇ UK ਹੀ ਕਰਨਾ ਹੁੰਦਾ ਤਾਂ ਆਇਲਸ ਜ਼ਰੂਰ ਕਰਨੀ ਸੀਗੀ, UK ਤਾਂ ਵਿਦਾਊਟ ਆਇਲਸ ਹੋਈ ਜਾਂਦਾ UK 'ਚ। ਹੁਣ ਜਿਨ੍ਹਾਂ ਨੇ ਗ੍ਰੈਜੂਏਸ਼ਨ ਹੁਣ ਕੀਤੀ ਉਹ ਕਹਿੰਦੇ ਭਾਅ ਜੀ ਜਦੋਂ 12ਵੀਂ ਕੀਤੀ ਸੀ UK ਉਦੋਂ ਨਾ ਕਰ ਲੈਂਦੇ। ਗਾਈਸ, UK ਦਾ ਵੀਜ਼ਾ ਲੈਣਾ ਕੋਈ ਉਹ ਕਹਿੰਦੇ ਨਾ ਕਿ ਦਰਖਤ ਦੋ ਫੁੱਲ ਤੋੜਨ ਵਾਂਗੂ ਜਾਂ ਫਲ ਤੋੜਨ ਵਾਂਗੂ ਥੋੜ੍ਹੂ ਹੈਗਾ। UK ਵਰਲਡ ਦੀ ਟੋਪ ਐਜੂਕੇਸ਼ਨ ਪ੍ਰੋਵਾਈਡਰ ਹੈ। UK ਵਿੱਚ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੀ ਐਜੂਕੇਸ਼ਨ ਪੂਰੇ ਵਰਲਡ ਵਿੱਚ ਮੰਨੀ ਜਾਂਦੀ ਹੈ। ਐਂਡ ਜੇ ਫੀਸਾਂ ਦੀ ਗੱਲ ਕਰਦਾ ਨਾ, ਜਿਹੜੀ ਫੀਸ UK ਦੀ ਯੂਨੀਵਰਸਿਟੀਜ਼ ਦੀ ਹੈਗੀ ਹੈ, 12 ਲੱਖ ਤੋਂ ਫੀਸ ਸਾਲ ਦੀ ਸ਼ੁਰੂ ਹੁੰਦੀ ਆ ਵਧੀਆ ਯੂਨੀਵਰਸਿਟੀਜ਼ ਦੀ। ਤਾਂ ਕੰਪੈਰੀਜ਼ਨ ਦੇਖ ਲਓ, ਜੇ UK ਦੀ ਗੱਲ ਕਰ ਲਾਂ ਜਾਂ ਕੈਨੇਡਾ ਦੀ ਗੱਲ ਕਰ ਲਾਂ, ਦੋਵਾਂ ਦੀ ਫੀਸਾਂ ਵਿੱਚ, ਕੈਨੇਡਾ 'ਚ ਕਾਲਜਿਸ ਹੈ ਜਿੱਥੇ ਡਿਪਲੋਮਾ ਕੋਰਸ ਮਿਲਦੇ ਆ, UK 'ਚ ਬੈਚਲਰ ਐਂਡ ਮਾਸਟਰਸ ਡਿਗਰੀ ਹੈ, ਐਂਡ ਯੂਨੀਵਰਸਿਟੀਜ਼ ਹੈ ਐਂਡ ਕਾਲਜਿਸ ਹੈ, ਬਹੁਤ ਫਰਕ ਹੈ। ਸੋ UK ਦਾ ਵੀਜ਼ਾ ਦੇਣਾ ਕੋਈ ਉਹ ਫੁੱਲ ਤੋੜਨ ਵਾਂਗੂ ਤਾਂ ਹੈ ਨਹੀਂ ਕਿ ਬਈ ਵਿਦਾਊਟ ਆਇਲਸ ਵੀ ਹੋ ਜਾਏਗਾ, ਕਿਸੇ ਭੁਲੇਖੇ 'ਚ ਨਾ ਰਹੇ ਹੋ ਕਿ UK ਵਿਦਾਊਟ ਆਇਲਸ ਹੋ ਜਾਏਗਾ। ਹਾਂਜੀ, ਹੁੰਦਾ ਉਹਨਾਂ ਬੱਚਿਆਂ ਲਈ ਹੁੰਦਾ ਜਿਨ੍ਹਾਂ ਨੇ ਰੀਸੈਂਟ 12ਵੀਂ ਜਾਂ ਗ੍ਰੈਜੂਏਸ਼ਨ ਕੀਤੀ ਆ, CBSE ਬੋਰਡ ਤੋਂ 12ਵੀਂ ਕੀਤੀ ਆ। ਪੰਜਾਬ ਬੋਰਡ ਵਾਲਿਆਂ ਵਾਸਤੇ ਵੈਸੇ ਵੀ ਇਸ ਟਾਈਮ ਵੇਵਰ ਤਾਂ ਮਿਲਦਾ ਵੀ ਨਹੀਂ ਪਿਆ। ਐਂਡ ਜੇਕਰ ਤੁਹਾਡੇ ਇੰਗਲਿਸ਼ ਵਿੱਚ ਨੰਬਰ 70-80-90% ਹੈਗੇ ਆ, ਤਦ ਵੇਵਰ ਮਿਲਦਾ ਪਿਆ। ਐਂਡ ਕੰਡੀਸ਼ਨ ਕਿ ਇੰਟਰਵਿਊ ਤਾਂ ਹੋਣੀ ਹੈ। ਸਟੂਡੈਂਟਸ ਆਉਂਦੇ ਆ ਬਈ ਇੰਟਰਵਿਊ ਦੇ ਨਾਮ ਤੋਂ ਵੈਸੇ ਬੁਖਾਰ ਚੜ੍ਹ ਜਾਂਦਾ ਕਿ ਇੰਟਰਵਿਊ ਨਾ ਹੀ ਹੋਵੇ ਤਾਂ ਵਧੀਆ, ਬਟ ਇੰਟਰਵਿਊ ਇਜ਼ ਜਸਟ, ਉਹ ਯੂਨੀਵਰਸਿਟੀ ਚੈੱਕ ਕਰਦੀ ਤੁਹਾਡਾ ਆਪਣਾ ਲੈਵਲ ਕੀ ਹੈਗਾ, ਤੁਸੀਂ ਇੱਥੇ ਆ ਕੇ ਪੜ੍ਹ ਪਾਓਗੇ ਕਿ ਨਹੀਂ ਪੜ੍ਹ ਪਾਓਗੇ। ਸੋ ਉਹ ਡਿਫਰੈਂਟ ਕਨਵਰਸੇਸ਼ਨ ਹੈ, ਉਹਦੇ ਬਾਰੇ ਕਿਸੇ ਬਾਅਦ 'ਚ ਚਰਚਾ ਕਰਾਂਗੇ। ਅੱਜ ਗੱਲ ਕਰਦਾ ਪਿਆ ਕਿ ਜਦੋਂ ਥਰਡ ਆਪਸ਼ਨ UK ਦੀ ਆਉਂਦੀ ਹੈ
ਉਦੋਂ ਬੱਚਾ ਕਹਿੰਦਾ ਭਾਅ ਜੀ ਹੁਣ ਜਿੱਥੇ ਮਰਜ਼ੀ ਭੇਜੋ, ਹੁਣ ਮੇਰਾ ਕੈਨੇਡਾ ਵੀ ਨਹੀਂ ਹੁੰਦਾ ਪਿਆ, ਨਾ ਮੇਰਾ ਆਸਟ੍ਰੇਲੀਆ ਹੁੰਦਾ ਪਿਆ, ਹੁਣ ਭਾਵੇਂ ਯੂਕੇ ਦਾ ਵੀਜ਼ਾ ਲਓ, ਇੱਥੋਂ ਬਾਹਰ ਨਿਕਲੀਏ। ਐਂਡ ਜਦੋਂ ਉਹ ਟਾਈਮ ਨਿਕਲ ਜਾਂਦਾ ਯੂਕੇ ਦਾ ਵੀ, ਫਿਰ ਬੱਚਾ ਕਹਿੰਦਾ ਭਾਅ ਜੀ ਆਹ ਹੱਥ ਜੁੜੇ, ਇੱਥੇ ਕੁਝ ਬਣਦਾ ਨਹੀਂ ਪਿਆ, ਨਾ ਇੱਥੇ ਕੋਈ ਸਾਨੂੰ ਕੰਮ ਕਾਰ ਲੱਭਦਾ ਪਿਆ, ਨਾ ਕੋਈ ਸੈਟਲਮੈਂਟ ਦਿਸਦੀ ਪਈ ਹੈ। ਤੁਸੀਂ ਦੇਖੋ ਮੇਰੀ ਪ੍ਰੋਫਾਈਲ ਦੇ ਅਕੋਰਡਿੰਗ ਮੇਰਾ ਵੀਜ਼ਾ ਕਿਹੜੀ ਕੰਟਰੀ ਦਾ ਲੱਗ ਸਕਦਾ, ਅਤੇ ਉੱਥੇ ਆਪਸ਼ਨਸ ਬਹੁਤ ਲਿਮਿਟਡ ਹੈਗੀ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਤਿੰਨ ਮੇਜਰ ਕੰਟਰੀਆਂ ਜਿੱਥੇ ਪੰਜਾਬ ਤੋਂ ਬੱਚੇ ਇਸ ਟਾਈਮ ਜਾ ਰਹੇ ਆ, ਕੈਨੇਡਾ, ਆਸਟ੍ਰੇਲੀਆ ਅਤੇ ਯੂਕੇ। ਐਂਡ ਜਦੋਂ ਆ ਤਿੰਨਾਂ ਦੀ ਆਪਸ਼ਨਸ ਖਤਮ ਹੋ ਗਈ, ਦੈਨ ਆਪਸ਼ਨਸ ਕੀ ਆਉਂਦੀਆਂ, US ਦਾ ਅਪਲਾਈ ਕਰ ਲਓ, ਸਿੰਗਾਪੁਰ ਦਾ ਅਪਲਾਈ ਕਰ ਲਓ, ਅਤੇ ਸਵਿਟਜ਼ਰਲੈਂਡ ਹੋ ਗਿਆ ਜਾਂ ਯੂਰਪ ਦਾ ਕਿਸੇ ਪਾਸੇ ਆਪਣਾ ਵੀਜ਼ਾ ਅਪਲਾਈ ਕਰ ਲਓ। ਫਿਰ ਗੱਲ ਉੱਥੇ ਆ ਗਈ ਜਿੱਥੋਂ ਸ਼ੁਰੂ ਕੀਤੀ ਸੀਗੀ, ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਵੱਧ ਕਿਸੇ ਨੂੰ ਕੁਛ ਨਹੀਂ ਮਿਲ ਸਕਦਾ। ਜੇ ਆਪਾਂ ਗੀਤਾ ਦੀ ਗੱਲ ਕਰ ਲਈਏ, ਬਾਈਬਲ ਦੀ ਗੱਲ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਕਰ ਲਈਏ, ਹਰ ਇੱਕ ਚੀਜ਼ 'ਚ ਇੱਕੋ ਚੀਜ਼ ਲਿਖੀ ਹੈ ਕਿ ਕਰਮ ਕਰੋ, ਫਲ ਦੀ ਇੱਛਾ ਮਤ ਕਰੋ। ਆਪਣੇ ਐਫਰਟਸ ਕਰ ਲਈਏ ਕਿ ਬਈ ਜੋ ਮੇਰੀ ਪ੍ਰੋਫਾਈਲ ਹੈ, ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਆਪਾਂ ਆਪਣੇ ਐਫਰਟਸ ਕਰ ਲਈਏ। ਬੀਇੰਗ ਏ ਕੰਸਲਟੈਂਟ, ਅਸੀਂ ਵੀ ਆਪਣੇ ਐਫਰਟਸ ਕਰਦੇ ਹਾਂ। ਸਾਡੇ ਕੋਲ ਜਵਾਕ ਆਉਂਦਾ, ਸਾਡੇ ਕੋਲ ਸਟੂਡੈਂਟ ਆਉਂਦਾ, ਭਾਅ ਜੀ ਵੀਜ਼ਾ ਅਪਲਾਈ ਕਰਨਾ, ਗਾਰੰਟੀ ਸ਼ਿਓਰਿਟੀ ਕਿੰਨੀ ਹੈਗੀ, ਮੇਰੇ ਚਾਂਸਿਸ ਕਿੰਨੇ ਕੁ ਵੀਜ਼ਾ ਲੱਗਣ ਦੇ ਹੈਗੇ ਆ। ਭਾਈ ਪਹਿਲੀ ਗੱਲ ਤਾਂ ਇਹ ਗਾਰੰਟੀ ਸ਼ਿਓਰਿਟੀ 0%, ਵੀਜ਼ਾ ਅਸੀਂ ਦੇਣਾ ਨਹੀਂ, ਵੀਜ਼ਾ ਦੇਣਾ ਹਾਈ ਕਮਿਸ਼ਨ ਨਹੀਂ ਹੈਗਾ। ਹੁਣ ਹਾਈ ਕਮਿਸ਼ਨ ਨੇ ਜਿਹੜੀ ਚੀਜ਼ ਦੇਣੀ ਹੈ ਉਹਦੀ ਗਾਰੰਟੀ ਸ਼ਿਓਰਿਟੀ ਅਸੀਂ ਕਿਵੇਂ ਚੱਕ ਸਕਦੇ ਹਾਂ? ਹਾਂਜੀ, ਸਾਡੇ ਕੋਲ ਗਾਰੰਟੀ ਸ਼ਿਓਰਿਟੀ ਇਸ ਚੀਜ਼ ਦੀ ਹੈ ਕਿ ਸਾਡੇ ਕੰਮ 'ਚ ਕਮੀ ਕੋਈ ਨਹੀਂ ਹੋਣੀ। ਜੋ ਮਿਹਨਤ ਅਸੀਂ ਤੁਹਾਡੀ ਫਾਈਲ ਦੇ ਉੱਪਰ ਕਰਨੀ ਹੈ, ਸ਼ਾਇਦ ਕੋਈ ਦੂਜਾ ਬੰਦਾ ਉਹ ਮਿਹਨਤ ਤੁਹਾਡੀ ਫਾਈਲ 'ਤੇ ਨਾ ਕਰ ਪਾਵੇ। ਜੋ ਐਫਰਟ ਅਸੀਂ ਕਰਨੇ ਹੈ ਕਿ ਅਸੀਂ ਆਪਣਾ ਐਫਰਟ ਕਰਾਂਗੇ, ਰਿਜ਼ਲਟ ਇਜ਼ ਫਰੋਮ ਦਾ ਹਾਈ ਕਮਿਸ਼ਨ। ਆਪਾਂ ਆਪਣੇ ਐਫਰਟ ਕਰ ਲਈਏ, ਰਿਜ਼ਲਟ ਤਾਂ ਇੰਬੈਸੀ ਨੇ ਆਪਣੇ ਆਪ ਦੇ ਦੇਣਾ ਹੈਗਾ। ਐਂਡ ਇੱਥੇ ਗੱਲ ਪ੍ਰੋਫਾਈਲ ਦੀ ਸਭ ਤੋਂ ਪਹਿਲਾਂ ਦੇਖਿਓ ਕਿ ਜੋ ਤੁਹਾਡੀ ਪ੍ਰੋਫਾਈਲ ਹੈਗੀ ਹੈ, ਜੋ ਤੁਹਾਡੇ ਅਕੈਡਮਿਕ ਨੰਬਰ ਹੈਗੀ ਆ, ਜੋ ਤੁਹਾਡੇ ਆਇਲਸ ਬੈਂਡ ਹੈ, ਐਂਡ ਜੋ ਤੁਹਾਡਾ ਗੈਪ ਹੈਗਾ, ਤੁਹਾਡੇ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਡਾ ਵੀਜ਼ਾ ਕਿਹੜੀ ਕੰਟਰੀ ਦਾ ਲੱਗ ਸਕਦਾ, ਇਹ ਪਹਿਲਾ ਕੁਐਸਚਨ ਹੋਣਾ ਚਾਹੀਦਾ ਹਰ ਬੱਚੇ ਦਾ। ਨਾ ਕਿ ਜੀ ਮੇਰੀ ਤਾਂ ਆਹ ਪ੍ਰੋਫਾਈਲ ਹੈ, ਮੈਂ ਕੈਨੇਡਾ ਅਪਲਾਈ ਕਰਨਾ, ਜਾਂ ਤਾਂ ਮੈਂ ਆਸਟ੍ਰੇਲੀਆ ਕਰਨਾ, ਮੈਂ ਕਿਤੇ ਹੋਰ ਕਰਨਾ ਨਹੀਂ। ਬਈ ਬਥੇਰੇ ਬੰਦੇ ਬੈਠੇ ਆਪਣੀ ਦੁਕਾਨਾਂ ਖੋਲ੍ਹ ਕੇ, ਹਰ ਬੰਦੇ ਨੇ ਪੈਸੇ ਕਮਾਉਣੇ ਆ। ਤੁਸੀਂ ਕਿਹਾ ਨਹੀਂ ਮੈਂ ਇਸ ਕੰਟਰੀ ਕਹਿਣਾ, ਉਹਨੇ ਕਹਿਣਾ ਹਾਂਜੀ ਹੋ ਜੂਗਾ, ਆਹ ਪੈਸੇ ਲਿਆ ਤੇਰਾ ਕੰਮ ਮੈਂ ਕਰਾ ਦੇਵਾਂ, ਅਤੇ ਉੱਥੇ ਬੱਚੇ ਆਪਣਾ ਪੈਸਾ ਵੀ ਖਰਾਬ ਕਰਦੇ ਆ ਅਤੇ ਨਾ ਚਾਹੁੰਦੇ ਹੋਏ ਸਮਾਂ ਵੀ ਖਰਾਬ ਕਰਦੇ ਆ, ਅਤੇ ਮੁੜ ਕੇ ਬਲੇਮ ਗੇਮ ਦਿੰਦੇ ਆ ਕਿ ਬਈ ਮੈਂ ਤਾਂ ਫਲਾਣੇ ਬੰਦੇ ਕੋਲ ਗਿਆ ਸੀਗਾ, ਮੇਰਾ 5 ਮਹੀਨੇ ਖਰਾਬ ਕਰਤਾ, ਮੇਰਾ 6 ਮਹੀਨੇ ਖਰਾਬ ਕਰਤਾ, ਮੇਰਾ ਰੁਪਈਆ ਲੱਖਾਂ ਦਾ ਨੁਕਸਾਨ ਵੀ ਕਰਤਾ, ਮੇਰਾ ਸਾਲ ਵੀ ਬਰਬਾਦ ਕਰਤਾ। ਅਤੇ ਉੱਥੇ ਆਪਣੇ ਪੱਲੇ ਕੋਈ ਚੇਕਦਾ ਵੀ ਨਹੀਂ ਹੈਗਾ ਕਿ ਮੇਰੇ ਆਪਣੇ ਪੱਲੇ ਕੀ ਹੈ। ਸੋਰੀ ਟੂ ਸੇ ਮੈਂ ਆਹ ਵਰਡਸ ਯੂਜ਼ ਕਰਦਾ ਪਿਆ, ਬਟ ਇਹ ਐਕਚੁਅਲ ਸੱਚਾਈ ਹੈਗੀ ਹੈ। ਸੋ ਲੋੜ ਹੈਗੀ ਹੈ ਪਹਿਲਾਂ ਆਪਣੀ ਪ੍ਰੋਫਾਈਲ ਦੇਖੋ, ਤੁਹਾਡੀ ਆਪਣੀ ਪ੍ਰੋਫਾਈਲ ਕੀ ਹੈ, ਤੁਹਾਡੀ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਡਾ ਵੀਜ਼ਾ ਕਿਹੜੀ ਕੰਟਰੀ ਦਾ ਲੱਗ ਸਕਦਾ, ਭਾਵੇਂ ਉਹ ਕੈਨੇਡਾ ਹੋਵੇ, ਭਾਵੇਂ ਆਸਟ੍ਰੇਲੀਆ, ਭਾਵੇਂ ਯੂਕੇ, ਭਾਵੇਂ ਨਿਊਜ਼ੀਲੈਂਡ, US, ਸਵਿਟਜ਼ਰਲੈਂਡ, ਸਿੰਗਾਪੁਰ, ਜਿਹੜੀ ਮਰਜ਼ੀ ਕੰਟਰੀ ਹੈ, ਆਪਣੀ ਪ੍ਰੋਫਾਈਲ ਦੇਖੋ, ਜੋ ਤੁਹਾਡੀ ਪ੍ਰੋਫਾਈਲ ਹੈ ਉਸ ਦੇ ਅਕੋਰਡਿੰਗ ਆਪਣਾ ਵੀਜ਼ਾ ਅਪਲਾਈ ਕਰੋ। ਮੁਸ਼ਕਿਲ ਦਾ ਸਾਹਮਣਾ ਵੀ ਨਹੀਂ ਕਰਨਾ ਪਏਗਾ, ਵੀਜ਼ਾ ਵੀ ਲੱਗੂਗਾ, ਟਾਈਮ ਵੀ ਖਰਾਬ ਨਹੀਂ ਹੋਊਗਾ, ਅਤੇ ਸਭ ਤੋਂ ਵੱਡੀ ਗੱਲ ਪੈਸੇ ਵੀ ਖਰਾਬ ਨਹੀਂ ਹੋਣਗੇ। ਸੋ ਉਮੀਦ ਕਰਦਾ ਅੱਜ ਦਾ ਜਿਹੜਾ ਸੈਸ਼ਨ ਆ, ਕੁਝ ਗੱਲਾਂ ਕੀਤੀਆਂ, ਕਾਫੀ ਸਾਰੇ ਸਟੂਡੈਂਟਸ ਵਾਸਤੇ ਲਾਹੇਵੰਦ ਹੋਣਗੀਆਂ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ।